ਅੱਜ ਸਾਡੇ ਇੱਥੇ ਇੱਕ ਬੜੀ ਵਧੀਆ ਮੀਟਿੰਗ ਹੋਈ ਇੰਡਸਟਰੀ ਅਤੇ ਮਿਨਿਸਟਰ ਜਿਹੜੇ ਨਵੇਂ ਆਏ ਨੇ ਇੰਡਸਟਰੀ ਦੇ ਸੋਨ ਸਾਹਿਬ, ਅਤੇ ਬੜਾ ਪੋਜ਼ਿਟਿਵ ਇੱਕ ਸੁਨੇਹਾ ਦੇ ਕੇ ਗਏ ਨੇ ਉਹ ਕਿ ਸਾਰੀ ਜਿਹੜੀ ਸਰਕਾਰ ਹੈ ਉਹ ਇੰਡਸਟਰੀ ਦੇ ਨਾਲ ਹੈ। ਮੈਂ ਤੁਹਾਨੂੰ ਗੱਲ ਦੱਸਾਂ ਕਿ ਇੰਡਸਟਰੀ ਨੇ ਬਹੁਤ ਸਾਰੇ ਮੁੱਦੇ ਜਿਹੜੇ ਨਾ ਪਿਛਲੇ 5-7 ਸਾਲਾਂ ਤੋਂ ਰਿਜ਼ੋਲਵ ਨਹੀਂ ਹੋਏ ਸੀ ਉਹ ਸਰਕਾਰ ਸਾਹਮਣੇ ਰੱਖੇ ਸੀ, ਅਤੇ ਸਾਡੇ CM ਸਾਹਿਬ ਨੇ ਕਾਫੀ ਉਹਦੇ 'ਤੇ ਮਿਹਨਤ ਕੀਤੀ, ਅਤੇ ਉਹਦੇ 'ਚ 90 ਮੁੱਦੇ ਟੋਟਲ ਸਨ, ਅਤੇ ਉਹਦੇ ਵਿੱਚੋਂ 60 ਜਿਹੜੇ ਨੇ ਪਿਛਲੇ ਸਨਅਤਕਾਰ ਸੰਮੇਲਨ ਜਦੋਂ ਮਿਲਣੀ ਹੋਈ ਉਹਦੇ ਵਿੱਚ ਮੰਨ ਲਏ। ਅੱਜ ਉਹਨਾਂ ਨੇ ਬੜੇ ਥਰਮੇ ਨਾਲ ਇਹ ਸਾਰੇ ਮੁੱਦੇ ਸੁਣੇ, ਅਤੇ ਇੱਕ ਇੱਕ ਮੁੱਦੇ 'ਤੇ ਉਹਨਾਂ ਨੇ ਜਵਾਬ ਵੀ ਦਿੱਤਾ, ਕਿਉਂਕਿ ਮੈਨੂੰ ਲੱਗਿਆ ਕਿ ਉਹ ਕਾਫੀ ਸਾਰੀ ਨਾ ਪਿਛਲਾ ਹੋਮਵਰਕ ਕਰਕੇ ਆਏ ਸੀ। ਅੱਜ ਸਾਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੇ ਸ਼ਾਇਦ ਸਾਰੇ ਡਿਪਾਰਟਮੈਂਟਸ ਦੇ ਜਿਹੜੇ ਪੈਂਡਿੰਗ ਇਸ਼ੂਜ਼ ਸਨ ਉਹਨਾਂ ਨੂੰ ਸਟੱਡੀ ਕੀਤਾ ਹੋਇਆ ਸੀ, ਤਾਂ ਕਿ ਮੌਕੇ ਦੇ ਉੱਤੇ ਉਹਨਾਂ ਨੇ ਬੜੇ ਸਾਰੇ ਜਵਾਬਾਂ ਦੇ ਉੱਤੇ ਕਿਹਾ ਵੀ ਮੈਂ ਇਹਦੇ 'ਤੇ ਐਗਰੀ ਕਰਦਾ ਜਾਂ ਇਹਦੇ 'ਤੇ ਨਹੀਂ ਐਗਰੀ ਕਰਦਾ ਜਾਂ ਇਹਨੂੰ ਇੱਦਾਂ ਕਰਾਂਗੇ ਤਾਂ ਸੋਲਵ ਹੋ ਸਕਦਾ। ਸੋ ਸਾਨੂੰ ਬਹੁਤ ਵੱਡੀ ਉਮੀਦ ਲੱਗੀ ਇਸ ਵਾਰੀ ਕਿ ਇਹ ਮਿਨਿਸਟਰ ਇੰਡਸਟਰੀ ਦਾ ਜਿਹੜੇ ਆਏ ਨੇ ਸੋਨ ਸਾਹਿਬ, ਕਿਉਂਕਿ ਆਪ ਇੰਡਸਟਰੀ ਨੂੰ ਬਿਲੋਂਗ ਕਰਦੇ ਨੇ, ਇੰਡਸਟਰੀ ਦੀ ਵਰਕਿੰਗ ਸਮਝਦੇ ਨੇ ਅਤੇ ਇੰਡਸਟਰੀ ਦੇ ਪੇਨ ਪੁਆਇੰਟ ਸਮਝਦੇ ਨੇ, ਅਤੇ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਹੈ ਕਿ ਅਸੀਂ ਇਮੀਡੀਏਟਲੀ ਪੁਰਾਣੇ ਸਾਰੇ ਮੁੱਦੇ ਜਿਹੜੇ ਮੰਨੇ ਹੋਏ ਨੇ ਸਰਕਾਰ ਨੇ ਉਹਨਾਂ ਦੇ ਉੱਤੇ ਨੋਟੀਫਿਕੇਸ਼ਨਾਂ ਹੋ ਜਾਣਗੀਆਂ, ਅਤੇ ਜਿਹੜੇ ਨਵੇਂ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਹਾਲਾਂ ਜ਼ਿਆਦਾ ਡਿਸਕਸ਼ਨ ਚਾਹੀਦੀ ਹੈ, ਚਰਚਾ ਚਾਹੀਦੀ ਹੈ ਵੇਰੀਅਸ ਬਿਊਰੋਕਰੈਟਸ ਨਾਲ, ਵੇਰੀਅਸ ਮੰਤਰੀਆਂ ਨਾਲ, ਦਿੱਕਤ ਕੀ ਆਉਂਦੀ ਹੈ ਕਿ ਵੀ ਮੁੱਦਾ ਇੱਕ ਹੁੰਦਾ ਹੈ ਪਰ ਉਹ 3-4 ਡਿਪਾਰਟਮੈਂਟ ਦੇ ਨਾਲ ਜੁੜਿਆ ਹੁੰਦਾ ਹੈ, ਤਾਂ ਡਿਸੀਜਨ ਜਿਹੜਾ ਹੈਗਾ ਨਾ ਉਹ ਇੱਕ ਕੋਈ ਡਿਪਾਰਟਮੈਂਟ, ਇੱਕ ਮੰਤਰੀ ਜਾਂ ਇੱਕ ਬਿਊਰੋਕਰੈਟ ਨਹੀਂ ਲੈ ਪਾਉਂਦਾ, ਤੋ ਇਸ ਕਰਕੇ ਮੁੱਦੇ ਥੋੜ੍ਹੇ ਪੇਚੀਦੇ ਹੁੰਦੇ ਨੇ, ਕੰਪਲੈਕਸ ਹੁੰਦੇ ਨੇ, ਅਤੇ ਸੋਨ ਸਾਹਿਬ ਨੇ ਇੱਕ ਬੜਾ ਵਧੀਆ ਫਾਰਮੂਲਾ ਤਿਆਰ ਕੀਤਾ ਕਿ ਵੀ ਆਪਾਂ ਇੱਕ ਮੰਤਰੀ ਅਤੇ ਇੱਕ ਬਿਊਰੋਕਰੈਟ ਨਾਲ ਨਾ ਬੈਠੀਏ, ਆਪਾਂ ਕੀ ਕਰੀਏ ਜਿੰਨੇ ਵੀ ਇੱਕ ਮੁੱਦੇ ਦੇ ਰਿਲੇਟਿਡ 3-4 ਡਿਪਾਰਟਮੈਂਟ ਆਉਂਦੇ ਨੇ ਉਹਨਾਂ ਦੇ ਸਾਰੇ ਅਫਸਰ ਅਤੇ ਸਾਰੇ ਜਿਹੜੇ ਮੰਤਰੀ ਨੇ ਇਕੱਠੇ ਬੈਠ ਜਾਈਏ, ਤਾਂ ਕਿ ਜੇ ਨੀਅਤ ਹੈਗੀ ਸਾਡੀ ਸੋਲਵ ਕਰਨ ਦੀ ਤਾਂ ਸੋਲਵ ਵੀ ਹੋਣਾ ਚਾਹੀਦਾ। ਤੋ ਸਾਨੂੰ ਇਸ ਗੱਲ ਦਾ ਬੜਾ ਉਹਨਾਂ ਨੇ ਭਰੋਸਾ ਦਵਾਇਆ, ਅਤੇ ਸਾਨੂੰ ਉਮੀਦ ਹੈ ਕਿ ਇਹਦੇ ਜਿਹੜਾ ਤਰੀਕਾ ਅਪਣਾਉਣ ਨਾਲ ਅਤੇ ਜਿਹੜੇ ਨਵੇਂ ਸਾਡੇ ਇੰਡਸਟਰੀ ਮਿਨਿਸਟਰ ਆਏ ਨੇ ਸੋਨ ਸਾਹਿਬ, ਇਹਨਾਂ ਦੇ ਆਉਣ ਨਾਲ ਇੱਕ ਨਵੀਂ ਉਮੀਦ, ਨਵੀਂ ਇੱਕ ਹੋਪ ਜਾਗੀ ਹੈ, ਅਤੇ ਅੱਜ ਇੰਡਸਟਰੀ ਬਹੁਤ ਸੈਟਿਸਫਾਈਡ ਸੀ ਸਾਰੀ ਮੀਟਿੰਗ ਦੇ ਨਾਲ। ਮੀਟਿੰਗ ਜੀ ਅੱਜ ਮੈਂ ਜੋਸ਼ ਦੁੱਗਣਾ ਹੋ ਗਿਆ ਜੀ, ਮੰਤਰੀ ਜੀ ਨੂੰ ਮਿਲ ਕੇ ਵੀ, ਟੀਮ ਨੂੰ ਮਿਲ ਕੇ ਵੀ, ਜਿਹੜੀ ਉਹਨਾਂ ਨੇ ਜਿਸ ਤਰ੍ਹਾਂ ਸੇ ਉਹਨਾਂ ਨੇ ਪੇਸ਼ੈਂਟਲੀ ਸਾਡੀ ਗੱਲ ਸੁਣੀ, ਸਭ ਨੂੰ ਬੋਲਣ ਦਾ ਮੌਕਾ ਦਿੱਤਾ, ਜਿੰਨਾ ਜਿਹੜੀ ਉਹਨਾਂ ਦੀ ਅਵੇਅਰਨੈਸ ਹੈ ਇਸ਼ੂਜ਼ ਦੇ ਮਾਮਲੇ, ਇਟ ਵਾਜ਼ ਮਜ਼ਾ ਹੀ ਆ ਗਿਆ ਜੇ ਜਿਹੜਾ ਕਹਿੰਦੇ ਨੇ ਉਹ ਇਸ਼ੂ ਬੜਾ ਧਿਆਨ ਨਾਲ ਸੁਣਿਆ ਸਮਝਿਆ, ਅਤੇ ਜਿਹੜਾ ਉਹਨਾਂ ਨੇ ਆਸ਼ਵਾਸਨ ਦਿੱਤਾ, ਆਈ ਥਿੰਕ ਇੰਡਸਟਰੀ 'ਚ ਇੱਕ ਬਹੁਤ ਵੱਡਾ ਚੇਂਜ ਆਊਗਾ ਅਤੇ ਗਰੋਥ ਪੰਜਾਬ 'ਚ ਵਾਪਸ ਆਊਗੀ ਬਹੁਤ ਤੇਜ਼ੀ ਨਾਲ, ਮੈਨੂੰ ਪੂਰਾ 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 ਕੌਨਫੀਡੈਂਸ ਹੈਗਾ। ਜਿਹੜਾ ਪ੍ਰੋਬਲਮ ਸੀ ਅਸੀਂ CM ਸਾਹਿਬ ਨਾਲ ਜਿਵੇਂ ਜਿਵੇਂ ਡਿਸਕਸ ਕਰਦੇ ਜਾ ਰਹੇ ਹਾਂ ਤਾਂ ਉਹਦਾ ਨਾਲ ਦੀ ਨਾਲ ਨਿਵਾਰਨ ਅਤੇ ਹੱਲ ਹੁੰਦਾ ਜਾ ਰਿਹਾ ਹੈ, ਅਤੇ ਜਿਹਦੇ ਤਹਿਤ ਅੱਜ CII ਕੌਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਦੀ ਅੱਜ ਬਹੁਤ ਵੱਡੀ ਇੱਕ ਮੀਟਿੰਗ ਹੋਈ ਹੈ, ਜਿਹੜੀ ਕਿ ਸੈਕਟਰ 31 ਦੇ ਵਿੱਚ ਹੋਈ ਹੈ ਮੀਟਿੰਗ, ਉਹ ਜਿਹੜਾ CII ਦਾ ਆਫਿਸ ਸੀਗਾ। ਉਸ ਮੀਟਿੰਗ ਦੇ ਵਿੱਚ ਅੱਜ ਬੜੇ ਜੋ ਇੰਡਸਟਰੀ ਨੇ ਆਪਣੇ ਜੋ ਇੰਡਸਟਰੀ ਦੀਆਂ ਡਿਮਾਂਡਸ ਨੇ ਜਿਹੜੀਆਂ ਹੋਰ ਸਮੂਦਨਿੰਗ ਇੰਡਸਟਰੀ ਦੀ ਲਿਆਉਣ ਲਈ ਉਹਦੇ 'ਤੇ ਡਿਸਕਸ ਕੀਤਾ ਉਚੇਚੇ ਤੌਰ 'ਤੇ, ਅਤੇ ਕਾਫੀ ਜ਼ਿਆਦਾ ਜਿਹੜੇ ਇੰਡਸਟਰੀ ਦੇ ਜਿਹੜੇ ਮਤਲਬ ਕਿ ਮੁੱਦੇ ਨੇ ਉਹ ਅਲਾਈਡ ਡਿਪਾਰਟਮੈਂਟਸ ਨੇ, ਜਿਵੇਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ, ਕੁਛ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਨਾਲ ਕੰਸਰਨ ਨੇ, ਔਰ ਆਲਰੇਡੀ ਮੁੱਖ ਮੰਤਰੀ ਸਾਹਿਬ ਇਹਦੇ 'ਤੇ ਬਹੁਤ ਵੱਡਾ ਇਨੀਸ਼ੀਏਟਿਵ ਲੈ ਰਹੇ ਹਾਂ ਕਿ ਜਿਹੜਾ ਇਨਵੈਸਟ ਪੰਜਾਬ ਦਾ ਪੋਰਟਲ ਹੈ, ਅਸੀਂ ਇਨਵੈਸਟ ਪੰਜਾਬ ਦੇ ਪੋਰਟਲ ਦੇ ਉੱਤੇ ਇੱਕ ਡੈਸ਼ਬੋਰਡ ਤਿਆਰ ਕ੍ਰੀਏਟ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਉਹਨਾਂ ਤੋਂ ਇਜਾਜ਼ਤ ਲੈ ਕੇ, ਮੁੱਖ ਮੰਤਰੀ ਸਾਹਿਬ ਤੋਂ ਇਜਾਜ਼ਤ ਲੈ ਕੇ ਅਸੀਂ ਇਹਦੇ 'ਤੇ ਦੋਵੇਂ ਮਹਿਕਮਿਆਂ ਦੇ, ਹਾਊਸਿੰਗ ਅਰਬਨ ਡਿਵੈਲਪਮੈਂਟ ਦਾ ਅਤੇ ਲੋਕਲ ਗਵਰਨਮੈਂਟ ਦਾ, ਇੱਕ ਅਸੀਂ ਡੈਸ਼ਬੋਰਡ ਇੱਕ ਉਹਦੇ 'ਤੇ ਉਹ ਤਿਆਰ ਕਰ ਦਿਆਂਗੇ, ਜਿਹਦੇ ਵਿੱਚ ਜਦੋਂ ਕੋਈ ਵੀ ਨਿਵੇਸ਼ ਜਿਹਨੇ ਵੀ ਕਰਨਾ, ਚਾਹੇ ਆਪਣੇ ਆਲਰੇਡੀ ਜਿਹਨੇ ਉਹਦੇ ਯੂਨਿਟ ਚੱਲ ਰਹੇ ਨੇ ਐਕਸਪੈਂਸ਼ਨ ਕਰਨੀ ਹੈ, ਤਾਂ ਉਹ ਆਪਣੇ ਡਿਪਾਰਟਮੈਂਟ ਦੀ ਜਿਹੜੀ ਵੀ ਉਹਨੇ ਡਾਕੂਮੈਂਟੇਸ਼ਨ ਹੈ ਉਹਦੇ ਉੱਤੇ ਅਪਲੋਡ ਕਰ ਦੇਣੀ ਹੈ, ਅਤੇ ਬੀਂਗ ਏ ਇੰਡਸਟਰੀ ਮਿਨਿਸਟਰ ਉਹਨੂੰ ਮੈਂ ਵੀ ਰੈਗੂਲਰ ਐਕਸਪੈਂਸ਼ਨ ਕਰਨੀ ਹੈ, ਉਹ ਵਿਦ ਇਨ ਪ੍ਰਿਸਕ੍ਰਾਈਬਡ ਟਾਈਮ ਸ਼ਡਿਊਲ, ਜੋ ਵੀ ਇੱਕ ਐਜ਼ ਪਰ ਪੋਲਿਸੀ, ਮੰਨ ਲਓ ਕਿਸੇ ਚੀਜ਼ ਨੂੰ 30 ਡੇਜ਼ ਲੱਗਣੇ, ਤਾਂ ਸਾਡੀ ਇਹ ਪੂਰੀ ਪ੍ਰਾਇਓਰਟੀ ਪ੍ਰਾਵਧਾਨ ਰਹੇਗਾ ਕਿ ਅਸੀਂ 30 ਦਿਨ ਦੇ ਵਿੱਚ ਉਸ ਨੂੰ ਜਾਣੀ ਕਿ ਕੰਪਲੀਟ ਕਰ ਦਈਏ। ਇਸ ਤਰ੍ਹਾਂ ਦੇ ਜਾਣੀ ਕਿ ਅਸੀਂ ਅੱਜ ਇਹਦੇ 'ਤੇ ਮੀਟਿੰਗ 'ਚ ਚਰਚਾ ਕੀਤੀ ਹੈ, ਬਹੁਤ ਜ਼ਿਆਦਾ ਬਹੁਤ ਵੱਡੇ ਸਕੇਲ 'ਤੇ, ਔਰ ਯਕੀਨ ਜਾਣੋ ਅੱਜ ਮੈਂ ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਪੰਜਾਬ ਦੇ ਵਿੱਚ ਖੁਸ਼ ਹੋ, ਦੇ ਆਰ ਟੂ ਹੈਪੀ, ਬੜੇ ਖੁਸ਼ ਸੀ ਉਹ,
ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਹੀ ਐਕਸਪੈਂਸ਼ਨ ਕਰਨੀ ਹੈ ਅਤੇ ਇੱਕ ਦੋ ਆਹ ਚੀਜ਼ਾਂ ਦੀ ਤੁਸੀਂ ਉਹ ਦਿਓ ਫੈਸਿਲਿਟੀ ਐਗਜ਼ਾਮਪਲ ਇੱਕ ਦੱਸਦਾ ਬੀਤੇ 3 ਦਿਨ ਪਹਿਲਾਂ ਸਾਡੀ ਬਹੁਤ ਵਿੱਚ ਆਈ ਟੀ ਦੀ ਇੱਕ ਬਹੁਤ ਵੱਡੀ ਉਰੇ ਇੱਕ ਸਕੋਪ ਨੂੰ ਦੇਖਦੇ ਹੋਏ ਕਿਉਂਕਿ ਏਅਰਪੋਰਟ ਤੱਕ ਦੀ ਐਕਸੈਸਿਬਿਲਟੀ ਉਰੇ ਦੀਆਂ ਰੋਡਸ ਉਰੇ ਦਾ ਇਨਫਰਾਸਟਰਕਚਰ ਦੇਖਦੇ ਹੋਏ ਡੇ ਆਰ ਟੂ ਹੈਪੀ ਉਹਨਾਂ ਨੇ ਇੱਕ ਬਹੁਤ ਪੋਜ਼ਿਟਿਵ ਵੇ ਦੇ ਨਾਲ ਜਾਣੀ ਕਿ ਪ੍ਰੋਸੀਡ ਕਰਨ ਦੀ ਉਹਨਾਂ ਨੇ ਸਾਡੇ ਅੱਗੇ ਪ੍ਰਾਵਧਾਨ ਰੱਖਿਆ ਵੀ ਅਸੀਂ ਆਉਣਾ ਚਾਹੁੰਦੇ ਹਾਂ ਅਤੇ ਉਰੇ ਇੱਕ ਸਾਲ ਦੇ ਅੰਦਰ ਅੰਦਰ ਵੀ ਪ੍ਰੋਮਿਸ ਕਿ ਇੱਕ ਸਾਲ ਦੇ ਅੰਦਰ ਲਗਭਗ